जे मैं कह रहा सी कि सरपंची चोणा चलो देरी नाल होणगा पंचायती चोणा तो हुण आउंदे जिहड़ियां चोणा ने उहनां विच बहुत सारे नवें उम्मीदवार भी होणगे कुछ पुराने होणगे तां किहड़ियां-किहड़ियां गल्लां दा खास ध्यान रखना चाहीदा जदों डॉक्यूमेंट वगैरह वो सबमिट करदे आ फाइल सबमिट करदे आ तां जो इक तां कागज़ ना कैंसल होण ते दूजी गल इह आ जे कल नूं फर्ज करो कोई चोण जित आउंदा किसी का कोई वो कागज़ करके क्योंकि कई बार हुंदा कि आपां किसी आम बंदे तों कागज़ भरा लैंदे आ वो कई बार कोई चीज़ हेर फेर होंगी है कई बार चीज़ की गड़बड़ होंगी है तो बाद दे विच किसी नूं ना हो कि जित्ती जताई सरपंची जां मैंबर ही आ वो छड़नी पै जाए जां खारज हो जाए किसी दी जी। सो मान साहब मैं सब तो पहला इस जिहड़ा तुहाडा सवाल है इस ते एक गल कहना है भी पंजाब दे विच जिवें डिफरेंट हल्के ने हरेक हल्के दे विच एक MLA हुंदा है ते MLA जरूरी नहीं कि सारे ईमानदार है ते सारे बेईमान है ਇਹ ਮਿਕਸ ਹੁੰਦਾ ਹੈ ਸੇਮ ਸਰਪੰਚਾਂ ਚ ਸੇਮ ਅਫਸਰਾਂ ਚ ਆਈ ਹੁੰਦਾ ਹੈ ਵੀ ਮਿਕਸ ਮੈਚ ਹੁੰਦਾ ਹੈ ਸੋ ਸਭ ਤੋਂ ਪਹਿਲਾਂ ਤਾਂ ਮੈਂ ਵੀਰਾਂ ਨੂੰ ਬੇਨਤੀ ਕਰਦਾ ਹਾਂ ਜਾਂ ਭੈਣਾਂ ਨੂੰ ਬੇਨਤੀ ਕਰਦਾ ਹਾਂ ਜਿਹੜੇ ਸਰਪੰਚੀ ਲੈਣਾ ਚਾਹੁੰਦੇ ਆ ਤੁਹਾਡੇ ਆਪਦੇ ਤੁਸੀਂ ਹਲਕੇ ਦੇ MLA ਦਾ ਵਿਹਾਰ ਦੇਖ ਲਿਓ ਜੇ ਵੀ ਉਹ ਕਰਪਟ ਹੈ ਕਿ ਉਹ ਇਮਾਨਦਾਰ ਹੈ ਜੇ ਤਾਂ ਉਹ ਤੁਹਾਡਾ MLA ਇਮਾਨਦਾਰ ਹੈ ਤਾਂ ਤੁਸੀਂ ਇਹ ਸਮਝ ਲਓ ਵੀ ਅੱਧੀ ਜੰਗ ਤਾਂ ਤੁਸੀਂ ਜਿੱਤ ਲਈ ਠੀਕ ਹੈ ਜੀ ਜੇ ਤੁਹਾਡਾ MLA ਕਰਪਟ ਹੈ ਸਿਰੇ ਦਾ ਠੀਕ ਹੈ ਨਾ ਤੇ ਉਹ ਕਰਪਟ ਅਫਸਰਾਂ ਦੇ ਨਾਲ ਯਾਰੀ ਪਾਊਗਾ ਤੇ ਕੱਲ ਨੂੰ ਤੁਹਾਡੇ ਲਈ ਅਨੇਕਾਂ ਮੁਸ਼ਕਲਾਂ ਜਿਹੜੀਆਂ ਉਹ ਪੈਦਾ ਕਰੂਗਾ ਉਹਦੇ ਚ ਸਭ ਤੋਂ ਵੱਡੀ ਮੁਸ਼ਕਲ ਜਿਹੜਾ ਤੁਹਾਡੇ ਲਈ ਉਹ ਪੈਦਾ ਕਰੂਗਾ ਜੀ ਉਹ ਇਹ ਹੋ ਸਕਦੀ ਹੈ ਵੀ ਕੱਲ ਨੂੰ ਜਿਹੜੀ ਜਿਵੇਂ ਤਹਿਸੀਲਦਾਰ ਨੂੰ ਕਹਿ ਕੇ ਜਾਂ ਪਟਵਾਰੀਆਂ ਨੂੰ ਕਹਿ ਕੇ ਵੀ ਤੁਹਾਡੇ ਅਗੇਂਸਟ ਕਾਰਵਾਈਆਂ ਵੀ ਕਰਵਾ ਸਕਦਾ ਤੁਹਾਡੇ ਕਾਗਜ਼ ਵੀ ਰੱਦ ਕਰਵਾ ਸਕਦਾ ਸੋ ਤੁਸੀਂ ਇਸ ਚੀਜ਼ ਤੇ ਬਹੁਤ ਜਿਹੜਾ ਹੈਗਾ ਚਕੰਨੇ ਰਹਿਣਾ ਹੈ ਮਾਨਸਾ ਮੇਰੀ ਆਵਾਜ਼ ਆ ਰਹੀ ਹੈ ਜੀ 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 ਆ ਰਹੀ ਹੈ ਬਿਲਕੁਲ ਹਾਂਜੀ ਜੀ ਸੋ ਉਸ ਚੀਜ਼ ਤੇ ਤੁਸੀਂ ਬਹੁਤ ਚਕੰਨੇ ਰਹਿਣਾ ਹੈ ਵੀ ਜਦੋਂ ਤੁਸੀਂ ਕਾਗਜ਼ ਭਰਨੇ ਆ ਤੁਸੀਂ ਜ਼ਰੂਰ ਕਿਸੇ ਵਕੀਲ ਦੀ رائے ਲੈਣੀ ਹੈ ਤੇ ਜਦੋਂ ਤੁਸੀਂ ਫਾਈਲ ਆਪਦੀ ਬਣਾਉਣੀ ਹੈ ਆਪਦੀ ਫਾਈਲ ਦੀ ਵੀਡੀਓਗ੍ਰਾਫੀ ਜ਼ਰੂਰ ਕਰ ਲਿਓ ਜੇ ਆਪ ਹੀ ਠੀਕ ਹੈ ਜੀ ਤਾਂ ਕਿ ਤੁਹਾਡੇ ਕੋਲ ਇੱਕ ਐਵੀਡੈਂਸ ਪ੍ਰੂਫ ਹੀ ਰਵੇ ਠੀਕ ਹੈ ਜੀ ਤੇ ਸੈਕੰਡਲੀ ਜਦੋਂ ਤੁਸੀਂ ਫਾਈਲ ਉੱਥੇ ਜਮ੍ਹਾਂ ਕਰਵਾਉਣ ਜਾਓਗੇ ਆਪਦੀ ਜਿਹੜੀ ਨੋਮੀਨੇਸ਼ਨ ਫਾਈਲ ਹੈਗੀ ਹੈ ਤੇ ਉਹ ਤੁਸੀਂ ਫਾਈਲ ਦੀ ਜਿਹੜੀ ਰਿਸੀਵਿੰਗ ਹੈ ਸਿਰਫ ਫਾਈਲ ਦੀ ਰਿਸੀਵਿੰਗ ਨਹੀਂ ਲੈਣੀ ਬੜਾ ਅਹਿਮ ਪੁਆਇੰਟ ਹੈ ਧਿਆਨ ਰੱਖਿਓ ਜੀ ਇਸ ਗੱਲ ਦਾ ਕਿ ਇੱਕ ਇੱਕ ਕਾਗਜ਼ ਦੀ ਰਿਸੀਵਿੰਗ ਲੈਣੀ ਹੈ ਤੇ ਪਹਿਲੇ ਪੇਜ ਦੇ ਉੱਪਰ ਇੱਕ ਸਮਰੀ ਲਿਖ ਕੇ ਲਾ ਦਿਓ ਜੀ ਕਿ ਮੇਰਾ ਪਹਿਲੇ ਨੰਬਰ ਦਾ ਕਾਗਜ਼ ਇਹ ਹੈ ਦੂਜੇ ਨੰਬਰ ਦਾ ਇਹ ਹੈ ਤੀਜੇ ਨੰਬਰ ਦਾ ਇਹ ਹੈ ਸਾਰੇ ਉਹਨਾਂ ਦੀ ਸਮਰੀ ਬਣਾ ਕੇ ਪੁਆਇੰਟ ਵਾਈਜ਼ ਪੁਆਇੰਟ ਲਿਖ ਕੇ ਤੇ ਬਾਅਦ ਚ ਸਾਰੀ ਫਾਈਲ ਦੀ ਰਿਸੀਵਿੰਗ ਦੇ ਨਾਲ ਨਾਲ ਪਰ ਡਾਕੂਮੈਂਟ ਦੀ ਰਿਸੀਵਿੰਗ ਵੀ ਲਿਓ ਜੇ ਸਮਰੀ ਦੇ ਵਿੱਚ ਨੰਬਰਿੰਗ ਤੇ ਹਰੇਕ ਪੇਜ ਦੇ ਉੱਪਰ ਵੀ ਨੰਬਰ ਲਿਖ ਦਿਓ ਜੇ ਕਾਰਨਰ ਦੇ ਵਿੱਚ ਇਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਕਿਉਂਕਿ ਪਹਿਲਾਂ ਜਿਹੜੇ ਪਹਿਲਾਂ ਸਰਪੰਚੀ ਇਲੈਕਸ਼ਨ ਹੋਏ ਹੈਗੇ ਪੰਜਾਬ ਦੇ ਵਿੱਚ ਕਈ ਹਲਕਿਆਂ ਦੇ ਵਿੱਚ ਠੀਕ ਹੈ ਜੀ ਇਸ ਚੀਜ਼ ਦੀ ਦਿੱਕਤ ਆਈ ਹੈ ਵੀ ਜਾਣ ਬੁੱਝ ਕੇ ਸਰਪੰਚਾਂ ਜਿਹੜੇ ਲੋਕ ਸਰਪੰਚੀ ਲੜਨਾ ਚਾਹੁੰਦੇ ਸੀਗੇ ਉਹਨਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਸਿੱਧੀਆਂ ਡਾਇਰੈਕਟ ਪੰਚਾਇਤਾਂ ਫਾਰਮ ਕਰ ਦਿੱਤੀਆਂ ਗਈਆਂ ਬਾਅਦ ਚ ਅਨੇਕਾਂ ਕੇਸ ਇਸ ਚੀਜ਼ ਦੇ SDM ਦਫ਼ਤਰਾਂ ਦੇ ਵਿੱਚ ਲੜੇ ਗਏ ਹੈਗੇ ਨੇ ਹਾਈ ਕੋਰਟ ਤੱਕ ਮੈਟਰ ਗਏ ਨੇ ਇਹ ਬਿਲਕੁਲ ਅਟਰ ਨੌਨਸੈਂਸ ਜਿਹੜੀ ਇਹਨਾਂ ਨੇ ਕ੍ਰੀਏਟ ਕੀਤੀ ਸੀਗੀ ਬਹੁਤ ਇਹੋ ਜਿਹੇ ਕਰਪਟ ਲੀਡਰਾਂ ਨੇ ਪੋਲੀਟੀਸ਼ੀਅਨਾਂ ਨੇ ਜੋ ਅੱਜ ਦੀ ਡੇਟ 'ਚ ਭੁਗਤ ਵੀ ਰਹੇ ਨੇ ਉਹ ਇਸ ਵਾਲੀ ਉਮੀਦ ਕਰਦੇ ਆ ਵੀ ਅੱਗੇ ਨਹੀਂ ਹੋਊਗੀ ਦੁਬਾਰਾ ਰਿਪੀਟ ਨਹੀਂ ਹੋਊਗੀ ਸੋ ਇਸ ਜਿਹੜੀ ਤੁਸੀਂ ਆਪਦੀ ਹੈਗੀ ਹੈ ਸੈਕੰਡਲੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਜੀ ਕਿ ਜਦੋਂ ਤੁਸੀਂ ਇਲੈਕਸ਼ਨ ਜਿੱਤ ਗਏ ਜਦੋਂ ਤੁਸੀਂ ਫੋਰ ਐਗਜ਼ਾਮਪਲ ਇਲੈਕਸ਼ਨ ਜਿਹੜਾ ਬੰਦਾ ਜਿੱਤ ਗਿਆ ਫਾਰਮ ਨੰਬਰ 9 ਨੰਬਰ ਫਾਰਮ ਲੈਣਾ ਭੁੱਲਿਓ ਜੇ ਨਾ ਕਿਉਂਕਿ ਜਿੰਨਾ ਚਿਰ ਤੁਹਾਨੂੰ ਫਾਰਮ ਨੰਬਰ 9 ਨਹੀਂ ਮਿਲਦਾ ਉਹਨਾਂ ਚਿਰ ਤੁਹਾਡੇ ਕੋਲੇ ਕੋਈ ਐਵੀਡੈਂਸ ਨਹੀਂ ਕਿ ਵੋਟਿੰਗ ਤੁਹਾਡੇ ਵੋਟਿੰਗ ਦਾ ਤੁਹਾਡਾ ਰਿਜ਼ਲਟ ਕੀ ਸੀ ਤੁਹਾਨੂੰ ਕਿੰਨੀਆਂ ਵੋਟਾਂ ਪਈਆਂ ਤੁਸੀਂ ਮਤਲਬ ਕਿ ਤੁਸੀਂ ਡਿਕਲੇਅਰ ਵੀ ਹੋਏ ਹੋ ਕਿ ਨਹੀਂ ਫਾਰਮ ਨੰਬਰ 9 ਦੇ ਆਧਾਰ ਤੇ ਹੀ ਤੁਹਾਨੂੰ ਵਿਨਿੰਗ ਸਰਟੀਫਿਕੇਟ ਮਿਲਣਾ ਹੈ ਜੀ ਜੇ ਕਿਉਂਕਿ ਮੇਰੇ ਨਾਲ ਇਹ ਖੁਦ ਹੋਇਆ ਸੀ ਕਿ ਅਸੀਂ ਤਾਂ ਜੀ ਜਦੋਂ ਜਿੱਤ ਗਏ ਢੋਲ ਕੁੱਟਣ ਲੱਗ ਗਏ ਠੀਕ ਹੈ ਨਾ ਜਿੱਤ ਗਏ ਤੇ ਸਾਡੇ ਤਾਇਆ ਜੀ ਸਾਬਕਾ MLA ਬਬਲ ਸੰਧੂ ਮੈਂ ਉਹਨਾਂ ਦੇ ਕੋਲੇ ਜਦੋਂ ਗਿਆ ਜੀ ਮੈਂ ਕਿਹਾ ਤਾਇਆ ਜੀ ਵੀ ਮੈਂ ਜਿੱਤ ਗਿਆ ਉਹ ਕਹਿੰਦੇ ਫਾਰਮ ਨੰਬਰ 9 ਕਿੱਥੇ ਹੈ ਮੈਂ ਕਿਹਾ ਜੀ ਉਹ ਤਾਂ ਅਸੀਂ ਲਿਆਣਾ ਤੇ ਜਦੋਂ ਬਾਈ ਜੀ ਅਸੀਂ ਸਾਨੂੰ ਬਾਅਦ ਚ ਪਤਾ ਲੱਗ ਗਿਆ ਕਿ ਕੁਝ ਸ਼ਰਾਰਤੀ ਅਨਸਰ ਸੀਗੇ ਜਿਹੜੇ ਜਾਂ ਕੁਝ ਬੰਦੇ ਸੀ ਉਹ ਤਾਂ ਸਾਡੇ ਰਿਕਾਰਡ ਨੂੰ ਅੱਗ ਲਾਉਣ ਲਈ ਪਹੁੰਚ ਗਏ ਫਿਰੋਜ਼ਪੁਰ ਠੀਕ ਹੈ ਜੀ ਸੋ ਸਾਡੇ ਨਾਲ ਤੇ ਇਹੋ ਜਿਹਾ ਕੁਝ ਹੋਇਆ ਵਾਪਰਿਆ ਅਸੀਂ ਉੱਥੇ ਜਾ ਕੇ ਰਿਕਾਰਡ ਬਚਾਇਆ ਬਾਅਦ ਚ ਸਾਨੂੰ ਫਾਰਮ ਨੰਬਰ 9 ਇਸ਼ੂ ਹੋਇਆ ਫਿਰ ਰਾਤ ਨੂੰ 12:00 ਵਜੇ ਇਲੈਕਸ਼ਨ ਕਮਿਸ਼ਨਰ ਪੰਜਾਬ ਦੀ ਦਖਲਅੰਦਾਜ਼ੀ ਤੋਂ ਬਾਅਦ ਮੈਨੂੰ ਮੇਰਾ ਵਿਨਿੰਗ ਸਰਟੀਫਿਕੇਟ ਇਸ਼ੂ ਹੋਇਆ ਸੀਗਾ ਸੋ ਇਹ ਮੈਂ ਤੁਹਾਡੇ ਸਾਰੇ ਵੀਰਾਂ ਨਾਲ ਪੁਆਇੰਟ ਸਾਂਝਾ ਕਰਦਾ ਇਸ ਤੇ ਖਿਆਲ ਕਰਿਓ ਜੀ 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 ਤੇ ਉਸ ਤੋਂ ਬਾਅਦ ਜੀ ਅੱਗੇ ਜਦੋਂ ਚਲੋ ਬਣ ਗਏ ਸਰਪੰਚ ਮੈਂਬਰ ਬਣ ਜਾਂਦੇ ਆ ਫਿਰ ਹੁੰਦਾ ਕਿ ਤੁਹਾਨੂੰ ਪਤਾ ਕਿ ਸਰਪੰਚੀ ਨੂੰ ਚਲਾਉਣ ਵਾਲਾ ਤਾਂ ਜ਼ਿਆਦਾਤਰ ਸੈਕਟਰੀ ਹੁੰਦਾ ਕਿਉਂਕਿ ਮਤਾ ਵੀ ਉਹਨੇ ਪਾਉਣਾ ਕਹਾਣੀਆਂ ਸਾਰੀਆਂ ਉਸੇ ਨੇ ਦੱਸਣੀਆਂ ਚੋਰ ਮੋਰੀਆਂ ਵੀ ਬੇਸ਼ੱਕ ਉਸੇ ਨੇ ਦੱਸਣੀਆਂ ਨੇ ਤਾਂ ਬਈ ਇਸ ਚੀਜ਼ ਦਾ ਹੱਲ ਕੀ ਹੈ ਕਿਉਂਕਿ ਹੁੰਦਾ ਕੀ ਆਫਟਰ ਆਲ ਭੁਗਤਣਾ ਕਿਹਨੂੰ ਪੈਣਾ ਸਰਪੰਚ ਨੂੰ ਭੁਗਤਣਾ ਪੈਣਾ ਜਦੋਂ ਕਿਤੇ ਕਰਪਸ਼ਨ ਨਿਕਲ ਗਈ ਕਿਤੇ ਜੀ ਇਹ ਤਾਂ ਜੀ ਮਾਨ ਸਾਹਿਬ ਹਰੇਕ ਜਿਹੜਾ ਸਰਪੰਚ ਨੂੰ ਮੈਂ ਦੱਸਣਾ ਚਾਹਣਾ ਹੈ ਕਿ ਜਿਵੇਂ ਜਦੋਂ ਸਰਕਾਰ ਬਣਦੀ ਹੈ ਸਰਕਾਰ ਲੈਵਲ ਤੇ ਸੈਕਟਰੀ IAS ਹੁੰਦੇ ਨੇ ਠੀਕ ਹੈ ਜੀ ਜਦੋਂ ਮੰਤਰੀ ਹੈ ਮੰਤਰੀ ਦਾ ਸੈਕਟਰੀ ਹੁੰਦਾ ਹੈ IAS IAS ਰੈਂਕ ਦਾ ਹੁੰਦਾ ਹੈ ਪਰ ਮੰਤਰੀ ਸੀਨੀਅਰ ਹੁੰਦਾ ਹੈ
जी ठीक है जी। जे जे चीफ मिनिस्टर है जी, चीफ मिनिस्टर का भी सैकटरी हों, प्रिंसिपल सैकटरी चीफ सैकटरी होंगे, ठीक जी है जी। उसे जी ढंग सरपंच का सैकटरी होंगे, ठीक है। जी सरपंच सीनियर है, सैकटरी साडा अगे मुलाजम है, जिन्हें साडे लई अगे रिकॉर्ड मेंटेन मता पाउणा, ठीक है ना। रिकॉर्ड दे विच जो पैसे की रिसीविंग सानू पंचायत नू हो रही है, जो साडा खर्चा हो रहा है, साडे लई असैस करके दसना भी आपां किन्ना खर्चा कर सकते हैं, किन्ना नहीं कर सकते, ठीक है जी। अपने कोल इन्ना फंड इस पिया है, आ खाते च इन्ना फंड पिया है, ठीक है जी। आ जिहड़ा खाते च फंड पिया या फाइनेंस कमीशन का पैसा पिया, वित्त कमीशन का पैसा आया, वह किहड़े मतलब लई आया, वह आपां कित्थे ला सकते हैं, ये सारी चीजा सानू सैकटरी ने दसनिया होंदिया। इस तो अलावा जे तुसी फालतू दियां यारियां भगाओगे, ठीक है, तुसी कितना कितने मार खा जाओगे। ओवर विश्वास ना करो, किसी ते विश्वास ना करो। थोड़ी कोई भूआ का पुत नहीं गा जिहड़ा कोई सैकटरी लगे है, कोई थोड़ा रिश्तेदार नहीं गा। तुसी एक प्रोफेसनल रिलेशनशिप के विचों, प्रोफेसनल जिहड़ा प्रोफेसनल रिश्ता ये हैगा है, उहदे च की हैगा भी तुसी सैकटरी की रिस्पैक्ट करनी, उहने थोड़ी करनी है, तुसी आपदा दोनों ने रल मिल के जिहड़ा पंचायत के काम कराने हैं। इस तो अलावा जिहड़ा रिश्ता जदों ज्यादा गूढ़िया यारियां पाओगे तो घट ही खाओगे। तो इस चीज़ के विच तुसी जो तुम आधारण तौर पर जो रिकॉर्ड होंगे ज्यादातर बई जी, वो सरपंचों के घर च ही सरपंचों के कोल ही रहिंदा 5 साल, जी तो आपका रिकॉर्ड समय अनुसार जो टाइम लगता है अद्धा घंटा 20 मिनट 2 घंटे आपका दिहाड़ी के रिकॉर्ड पढ़ने की कोशिश करो, उन्होंने मेनटेन करने की कोशिश करो। जो थोड़ा पता है कि अज मैं अज असी मता पा लिया है कि असी फलानी कह लो भी अपना आधारण तौर पर स्कूल की चार दीवारी करवानी है, जी सो जे स्कूल की चार दीवारी का मता पाया है तो मते दे विच तुहानू पता लग गया भी हुण जेई तो असी जेई नू मते की कॉपी दिती है, जेई ने मते तो बाद बई जी उहदा एस्टीमेट बना के देना है कि इस दे विच 10 रेट लगनी है या 500 बोरी सीमेंट लगना है, इहदे च इन्नी बजरी लगनी, इन्ना सरिया लगना है। उसी नू असैस करो, स्टडी करो कि थोड़ा लगता है भी हाँ भी वाकई जो जेई साहब ने यार साडा एस्टीमेट बनाया साडा इन्ने च काम पूरा हो जाऊगा। जे थोड़ा लगता है कि नहीं, तुसी मिस्त्री तो एस्टीमेट लिया कि साडा इन्ने च पूरा नहीं होना, तो जेई साहब नूं दोबारा रिक्वेस्ट पाओ कि जी सर साडे अनुसार इन्ना नहीं पूरा हो सकता। सो तुहाडा एज अ सरपंच तुहाडी जिहड़ी हैगी है पिंड लैवल ते जिहड़ी जिम्मेवारी सिर्फ साइन करन दी नहीं, जां गड्डी दे अगे जां ट्रैक्टर दे सरपंच लिखाउण दी नहीं गी, बल्कि जी कि तुहाडी जिम्मेवारी हुण एज अ इंपलॉय है, तुसीं पंचायत दे इंपलॉय हो। हालांकि सरकारां इह ऐसा इंपलॉय है जिहनूं कोई तनखाह नहीं दिंदियां, पर जी कोई गल नहीं, हुण जे तुसीं सरपंच बण गए हो तां एज अ इंपलॉय तुसीं आउण वाले जिहड़े 5 साल पंचायत दी इसे ढंग नाल सेवा करो। जी 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 तो जे कि फर्ज करो कोई सरपंच सही काम नहीं करता या लगता कि यार गड़बड़ करता गा तो वो शिकायत वगैरह का की हिसाब किताब हों जब जो कि हम नवे नवे बन जाएंगे हो सकता कितने कोई इस तरह के रौले रप्पे पैन क्योंकि चलो सरपंच तो आप दस दिता कि भाई सरपंची किमें करनी है पर जे उदा नहीं करता कोई वह धड़ा दूजा हो कह लो कि आम लोग हो पिंड के खज्जल खुआर हो आखन कि यार साडा सरपंच बड़ा तंग करता काम करता नहीं पाया तो वो की हल है जी मान साहब हल बड़ा सौखा है। जी ये पंजाब है, पंजाब दे विच कहिंदे है भी जे तां हुण सरपंच होया MLA दे नेड़े, जी ठीक है जी, फिर तां लै के दरखास्त ना कोई, फिर तां रवे छेती कारवाई नहीं हुंदी, अच्छा ठीक है। जी जी ते जे 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 सरपंच भी हैगा NT MLA, ठीक है जी, फिर उहदे घरे बैठे दे बिना किसी गल तों भी कारवाई हो सकदी है। अच्छा तो जी जिहड़ा ये दो गल्लां दा जिहड़ियां चलदियां ग्राउंड ते, जी जिहड़ी हुण एक्चुअल जिहड़ी तुसीं बाय लॉ पुछी है, हुण मैं उहदा जवाब दिंदा। जी बाय लॉ तां इह है जी कि तुसीं जे कोई सरपंच ने गड़बड़ कीती है, तुसीं जाके ब्लॉक डिवेलपमेंट अफसर नूं एक चिट्ठी, उसे दी एक कॉपी DDPO ऑफिस, उसे दी एक कॉपी ADC ऑफिस नूं दे दो, ठीक जी है। जे तुसीं पढ़े लिखे सरपंच हो, जां अगर तुसीं पढ़े लिखे नहीं भी गए, तां वी मैं तुहानूं एक गल दसना चाहुंदा है कि तुसीं एक चुप करके एक मेल ईमेल ਤੁਸੀਂ ਪੰਜਾਬ ਦੇ ਡਾਇਰੈਕਟਰ ਪੰਚਾਇਤ ਅਫਸਰ ਨੂੰ ਨਾਲ ਫਾਈਨੈਂਸ਼ੀਅਲ ਕਮਿਸ਼ਨਰ ਨੂੰ ਤੇ ਨਾਲ ADC ਤੁਹਾਡੇ ਜ਼ਿਲ੍ਹੇ ਦੇ ਨੂੰ ਇੱਕ ਮੇਲ ਪਾ ਦਿਓ, CC ਕਰ ਦਿਓ ਸਾਰਿਆਂ ਨੂੰ ਨਾਲ। ਜੀ ਸੋ ਉਸ ਤੇ ਨਿਸ਼ਚਿਤ ਤੌਰ ਤੇ ਜਿਹੜੀ ਹੈਗੀ ਹੈ ਗਾਂ ਇਨਕੁਆਇਰੀ ਬੈਠ ਜਾਂਦੀ ਹੈ ਜੀ। ਇਨਕੁਆਇਰੀ 'ਚ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਚੀਜ਼ ਸਾਬਤ ਹੁੰਦੀ ਹੈ, ਉਸ ਤੋਂ ਬਾਅਦ ਜਿਹੜਾ ਹੈਗਾ ਉਹ ਐਕਸ਼ਨ ਤਾਂ ਹੁੰਦਾ ਹੀ ਹੁੰਦਾ, ਬੇਸ਼ੱਕ ਸਮਾਂ ਪਾ ਕੇ ਹੋਵੇ ਉਹ ਹੁੰਦਾ ਹੀ ਹੁੰਦਾ। ਜੀ 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 ਚਲੋ ਧੰਨਵਾਦ ਤੁਹਾਡਾ ਰਾਜਦੀਪ ਜੀ ਤਾਂ ਕਿਸੇ ਦਿਨ ਆਪਾਂ ਥੈਂਕ ਫੇਰ ਯੂ ਮਾਨ ਕਿਸੇ ਸਾਹਿਬ, ਹੋਰ ਵਿਸ਼ੇ ਥੈਂਕ ਤੇ ਯੂ ਗੱਲਬਾਤ ਮਾਨ ਸਾਹਿਬ, ਕਰਾਂਗੇ ਜੀ ਤਾਂ ਧੰਨਵਾਦ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਸਤਿ ਜੀ, ਸ੍ਰੀ ਅਕਾਲ ਮਾਨ ਸਾਹਿਬ, ਸਤਿ ਸ੍ਰੀ ਅਕਾਲ ਜੀ ਸੋ ਤੁਹਾਡਾ ਵੀ ਸਭ ਦਾ ਧੰਨਵਾਦ ਜੀ ਤਾਂ ਆਈਵਲ ਟੀਵੀ ਨਾਲ ਇਸੇ ਤਰ੍ਹਾਂ ਜੁੜੇ ਰਹੋ ਇਸੇ ਤਰ੍ਹਾਂ ਹੋਰ ਅਪਡੇਟਸ ਜਾਂ ਹੋਰ ਖਬਰਾਂ ਉੱਤੇ ਚਰਚਾ ਤੇ ਨਾਲ ਦੀ ਨਾਲ ਇੰਟਰਵਿਊ ਲੈ ਕੇ ਆਉਂਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ